Punjabi NRIs working worldwide derives from caste discrimination to help needy people. SP Singh Oberoi has been given a 10-year gold card by the General Director of Residency and Foreign Affairs. The said card is associated with a 10-year Dubai visa, which has not been given to any Punjabi before in Dubai's history. Oberoi, chairman of Apex Group of Companies, after receiving the said card, said that UAE's open-minded and business-friendly policies not only encouraged me to do business, but also helped in every field. ਇਸ ਤਰ੍ਹਾਂ ਸੀ ਜੀ, ਇਹ ਯੂ ਏ ਗੌਰਮੈਂਟ ਨੇ ਇੱਕ ਬੜਾ ਵਧੀਆ ਜਿਹੜਾ ਇੱਕ ਉਪਰਾਲਾ ਕੀਤਾ, ਇੱਕ ਮਤਲਬ ਕਿ ਮਾਣ ਬਖਸ਼ਿਆ ਜਿਹੜੇ ਉੱਥੋਂ ਦੇ ਜੋ ਪੁਰਾਣੇ ਉੱਥੋਂ ਦੇ ਬਿਜ਼ਨਸਮੈਨ ਹੈਗੇ ਨੇ ਜਾਂ ਜਿਹੜੇ ਰਿਪਿਊਟਡ ਪਰਸਨ ਹੈਗੇ ਨੇ ਉੱਥੇ, ਸੋ ਉਹਨਾਂ ਨੂੰ ਇੱਕ ਇਹਨਾਂ ਨੇ ਫੈਸਿਲਿਟੀ ਦਿੱਤੀ ਹੈ, ਗੋਲਡ ਵੀਜ਼ਾ ਕਹਿੰਦੇ ਜਿਹਨੂੰ 10 ਸਾਲ ਦਾ ਵੀਜ਼ਾ, ਇਹਦੀ ਕੋਸਟ ਵੀ ਜ਼ਿਆਦਾ ਨਹੀਂ ਹੈ ਕੋਈ ਵੀ, ਸੋ ਇਹ ਇਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਅਜੇ ਹੁਣ ਸ਼ੁਰੂ ਕੀਤਾ, ਇੰਡੀਆ ਦੇ ਕੁਛ ਲੋਕਾਂ ਨੂੰ ਮਿਲ ਚੁੱਕਾ ਹੈ, ਅਤੇ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਤੁਹਾਡੀ ਪੂਰੀ ਸਿਕਿਉਰਿਟੀ ਵਗੈਰਾ ਚੈੱਕ ਇੱਥੇ ਹੋ ਗਈ, CID ਰਿਪੋਰਟ ਸਾਰੀ ਹੋ ਜਾਂਦੀ ਹੈ, ਅਤੇ ਇੱਕ ਸੈਲਫ ਸਪੋਂਸਰ ਹੈ ਇਹ ਵੀਜ਼ੇ 'ਤੇ, ਜਿੱਥੇ ਪਾਰਟਨਰ ਲਿਖਿਆ ਜਾਂਦਾ ਉਹਦੇ ਨਾਲ ਲਿਖਿਆ ਜਾਂਦਾ ਸੈਲਫ ਸਪੋਂਸਰ ਹੈ, ਇਹ ਹੋ ਗਿਆ। ਉਸ ਤੋਂ ਬਾਅਦ ਜਿੱਦਾਂ ਏਅਰਪੋਰਟ 'ਤੇ ਜਾਣਾ ਉਹਦੇ ਲਈ ਵੱਖਰਾ ਇੱਕ ਐਂਟਰੀ ਦਿੱਤੀ ਗਈ ਹੈ, ਉਹਦੇ 'ਚੋਂ ਸਿੱਧਾ ਹੀ ਨਿਕਲ ਜਾਣਾ ਹੈ ਇੱਥੋਂ ਦੀ, ਸੋ ਚੈਕਿੰਗ ਵਗੈਰਾ ਘੱਟ ਹੈਗੀ ਉੱਥੋਂ। ਹੋਰ ਇਹਦੇ ਕਈ ਫੈਸਿਲਿਟੀ, ਕਈ ਇਹਦੇ ਫਾਇਦੇ ਹੈਗੇ ਨੇ ਜਿਹੜੇ ਕਿ ਇਹਨਾਂ ਨੇ ਹੁਣ ਦੇਣੇ ਸ਼ੁਰੂ ਕੀਤੇ ਹੈ, ਅਤੇ ਉਹਨਾਂ ਵਿੱਚੋਂ ਜੀ ਪੰਜਾਬ ਦੇ ਵਿੱਚੋਂ ਜਿਹੜਾ ਸੀ ਉਹ ਪਹਿਲਾ, ਮੇਰੇ ਖਿਆਲ ਪਹਿਲਾ ਹੀ ਹੈ ਜਿਹੜਾ ਕਿ ਮੈਨੂੰ ਇਹ ਜਿਹੜਾ ਗੋਲਡ ਕਾਰਡ ਜਿਹੜਾ 10 ਸਾਲ ਦਾ ਵੀਜ਼ਾ ਜਿਹੜਾ ਮਿਲਿਆ ਮੈਨੂੰ, ਔਰ ਮੈਂ ਇਸ ਲਈ ਗੌਰਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਮੈਨੂੰ ਇਹ ਜਿਹੜਾ ਵੀਜ਼ਾ ਜਿਹੜਾ ਇਹਦੇ ਲਾਇਕ ਸਮਝਿਆ ਕਿ ਮੈਨੂੰ ਇਹ ਵੀਜ਼ਾ ਦਿੱਤਾ ਜਾਵੇ।